ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਆਸ਼ੀਸ਼ ਤੇ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਟੀਵੀ ਤੇ ਚੰਡੀਗੜ੍ਹ ਟੀਵੀ ਦੇਖਣ ਵਾਲਿਆਂ ਦਾ ਮੈਂ ਤਹਿ ਦਿਲੋਂ ਨਿੱਘਾ ਸਵਾਗਤ ਕਰਦਾ ਦੋਸਤੋ ਅੱਜ ਮੈਂ ਤੁਹਾਨੂੰ ਮਿਲਵਾਉਣ ਜਾ ਰਿਹਾ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਜੋ ਬਹੁਤ ਹੀ ਵਧੀਆ ਤੇ ਗ੍ਰੇਟ ਪਰਸਨੈਲਿਟੀ ਨੇ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਇੱਕ ਐਡਵੋਕੇਟ ਨੇ ਮਨਮਿੰਦਰ ਸਿੰਘ ਜੀ ਜੋ ਕਿ ਪਹਿਲਾਂ ਹਰਿਆਣਾ ਗੌਰਮੈਂਟ ਦੇ ਵਿੱਚ ਸਰਕਾਰੀ ਵਕੀਲ ਰਹੇ ਹੋਏ ਨੇ ਅਤੇ ਅੱਜ ਕੱਲ੍ਹ ਉਹ ਸਿਰਸਾ ਬਾਹਰ ਦੇ ਵਿੱਚ ਆਪਣੀ ਪ੍ਰੈਕਟਿਸ ਕਰ ਰਹੇ ਨੇ ਦੋਸਤੋ ਜਿਵੇਂ ਕਿ ਵੂਮੈਨਸ ਦੇ ਉੱਤੇ ਬਹੁਤ ਸਾਰੇ ਲੋਜ਼ ਬਣੇ ਨੇ ਅਤੇ ਵੂਮੈਨਸ ਦੇ ਉੱਪਰ ਬਹੁਤ ਸਾਰੇ ਲੋਕ ਬਣਦੇ ਵੀ ਰਹਿੰਦੇ ਨੇ ਅਤੇ ਉਹਨਾਂ ਦੀ ਜੋ ਹਰਾਸਮੈਂਟ ਹੁੰਦੀ ਹੈ ਉਸ ਨੂੰ ਲੈ ਕੇ ਅਤੇ ਬਹੁਤ ਸਾਰੇ ਕਾਨੂੰਨ ਵੀ ਨੇ ਅਤੇ ਬਹੁਤ ਸਾਰੀ ਪੜਤਾੜਨਾ ਵੀ ਹੁੰਦੀ ਨੇ ਉਸ ਨੂੰ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਅਤੇ ਆਓ ਫਿਰ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਮਨਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੰਡੀਗੜ੍ਹ ਟੀ ਵੀ 'ਤੇ ਆਸ਼ੀਸ਼ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਤੁਸੀਂ ਟਾਈਮ ਕੱਢ ਕੇ ਮੇਰੇ ਆਫਿਸ 'ਚ ਆਏ ਹੋ ਜੋ ਤੁਹਾਡਾ ਟੋਪਿਕ ਅੱਜ ਜੋ ਵੂਮੈਨਸ 'ਤੇ ਪ੍ਰਤਾੜਨਾ ਹੋ ਰਹੀ ਹੈ ਉਹਦੇ ਰਿਗਾਰਡਿੰਗ ਉਹਦੇ ਜੋ ਲੋਜ਼ ਵਗੈਰਾ ਬਣੇ ਹੈ ਮੈਂ ਤੁਹਾਨੂੰ ਉਸ 'ਤੇ ਵਿਸਤਾਰ ਨਾਲ ਦੱਸੂੰਗਾ ਵਕੀਲ ਸਾਹਿਬ ਮੈਂ ਪੁੱਛਣਾ ਚਾਹੂੰਗਾ ਕਿ ਜਿੱਦਾਂ ਵੂਮੈਨਸ ਦੇ ਉੱਤੇ ਬਹੁਤ ਸਾਰੀ ਪ੍ਰਤਾੜਨਾ ਹੁੰਦੀ ਆ ਲੋਜ਼ ਬਣਦੇ ਆ ਹਰਾਸਮੈਂਟ ਹੁੰਦੀ ਆ ਉਸ ਬਾਰੇ ਸਾਨੂੰ ਕੁਛ ਦੱਸੋ ਜੀ ਵੂਮੈਨਸ ਦਾ ਬੇਸਿਕਲੀ ਜੋ ਕੰਸੈਪਟ ਆਪਣੇ ਲੋਅ 'ਚ ਇੰਟਰੋਡਿਊਸ ਕੀਤਾ ਗਿਆ ਰਿਗਾਰਡਿੰਗ ਦੀ ਲੋਅ ਉਹ ਅਸੀਂ ਪਹਿਲਾਂ ਮੈਰਿਜ ਦਾ ਇੱਕ ਇੰਸਟੀਟਿਊਸ਼ਨ ਹੈ ਸੋਸ਼ਲ ਇੰਸਟੀਟਿਊਸ਼ਨ ਓਕੇ ਜਿਹਦੇ 'ਚ ਹਸਬੈਂਡ ਅਤੇ ਵਾਈਫ ਆਉਂਦੇ ਆ ਹਾਂਜੀ ਵਾਈਫ ਜਦੋਂ ਹਸਬੈਂਡ ਦੇ ਘਰ ਵਿਆਹ ਕੇ ਆ ਜਾਂਦੀ ਹੈ ਅਤੇ ਉਹਦੇ ਨਾਲ ਜੋ ਵੀ ਹਰਾਸਮੈਂਟ ਹੁੰਦੀ ਹੈ ਜੋ ਵੀ ਦੀ ਇਨਟੇਟਮੈਂਟ ਹੁੰਦੀ ਹੈ ਉਸ ਨੂੰ ਲੈ ਕੇ ਸਾਡੇ ਲੋਅ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਓਕੇ ਪਹਿਲਾਂ ਜਿਹੜਾ ਸਾਡਾ ਕਾਨੂੰਨ ਸੀ ਆਈ ਪੀ ਸੀ ਦੀ ਇਹ 1860 ਵਿੱਚ ਬਣਾਇਆ ਗਿਆ ਪਰ 1983 'ਚ ਆ ਕੇ ਕਾਨੂੰਨ ਨੇ ਦੇਖਿਆ ਕੋਰਟਸ ਨੇ ਦੇਖਿਆ ਵੀ ਵੂਮੈਨਸ ਦੀ ਡੋਰੀ ਡੈਥ ਵਗੈਰਾ ਬਹੁਤ ਹੋ ਰਹੀ ਹੈ ਦਹੇਜ ਕਾਰਨ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਹੈ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਇੱਕ ਕਾਨੂੰਨ 'ਚ ਅਮੈਂਡਮੈਂਟ ਕੀਤੀ 1983 'ਚ ਉਹ ਇੱਕ ਸੈਕਸ਼ਨ ਇੰਟਰੋਡਿਊਸ ਕੀਤਾ ਗਿਆ ਰਿਗਾਰਡਿੰਗ ਦੀ ਹਰਾਸਮੈਂਟ ਆਫ ਦੀ ਵੂਮੈਨ ਇਸ ਨੂੰ ਲੈ ਕੇ ਸਾਡੇ ਕਾਨੂੰਨ 'ਚ ਅਮੈਂਡਮੈਂਟ ਕੀਤੀ ਗਈ 1983 'ਚ ਜਿਹੜੀ ਸੀ ਕ੍ਰੂਐਲਟੀ ਟੂ ਵੂਮੈਨ ਓਕੇ ਜੋ ਵੀ ਹਸਬੈਂਡ ਜਾਂ ਹਸਬੈਂਡ ਦੇ ਰਿਲੇਟਿਵ ਸੀ ਜਾਂ ਉਹਦੇ ਕੋਈ ਪੇਰੈਂਟ ਸੀ ਅਗਰ ਉਹ ਡੋਰੀ ਕਰਕੇ ਜਾਂ ਕੋਈ ਅਦਰਵਾਈਜ਼ ਉਹਦੀ ਨੀਡਸ ਨੂੰ ਲੈ ਕੇ ਕੋਈ ਉਹਦੀ ਹਰਾਸਮੈਂਟ ਕਰਦੇ ਸੀ ਉਹਨੂੰ ਕ੍ਰੂਐਲਟੀ ਕਰਦੇ ਸੀ ਉਹਦੇ ਕਰਕੇ ਸੈਕਸ਼ਨ 498A ਇੰਟਰੋਡਿਊਸ ਕੀਤਾ ਗਿਆ ਉਹ ਸੈਕਸ਼ਨ ਇੰਟਰੋਡਿਊਸ ਕਰਨ ਤੋਂ ਬਾਅਦ ਕਾਫੀ ਹਰਾਸਮੈਂਟ ਫਿਰ ਚੱਲਦੀ ਰਹੀ ਲੜਕੀਆਂ ਨੂੰ ਇਸ ਸੈਕਸ਼ਨ ਦਾ ਬਹੁਤ ਜ਼ਿਆਦਾ ਲਾਭ ਵੀ ਪਹੁੰਚਿਆ ਜੋ ਲੋਭੀ ਉਹਦੇ ਸਾਰੇ ਵਗੈਰਾ ਹੁੰਦੇ ਸੀ ਉਹਨਾਂ ਨੂੰ ਕਾਫੀ ਨੂੰ ਬੰਦਿਆਂ ਨੂੰ ਜੇਲ੍ਹ 'ਚ ਵੀ ਭੇਜਿਆ ਗਿਆ ਹਾਂਜੀ ਪਰ ਟਾਈਮ ਦੇ ਨਾਲ ਹੌਲੀ ਹੌਲੀ ਇਹ ਚੀਜ਼ ਸੀ ਇਸ ਨੂੰ ਮਿਸਯੂਜ਼ ਹੁੰਦਾ ਗਿਆ ਬੇਸਿਕਲੀ ਤਾਂ ਜਿਹੜਾ ਆਪਣਾ ਇੰਸਟੀਟਿਊਸ਼ਨ ਹੈ ਮੈਰਿਜ ਹੈ ਇਹ 'ਚ ਹਸਬੈਂਡ ਦੇ ਵਿੱਚ ਮਨਮਟਾਵ ਚੱਲਦੇ ਰਹਿੰਦੇ ਆ ਹਾਂਜੀ ਪਰ ਕਈ ਵਾਰੀ ਜਦੋਂ ਮਨਮਟਾਵ ਥੋੜ੍ਹੇ ਹਾਈ ਲੈਵਲ 'ਤੇ ਹੁੰਦੇ ਸੀ ਤਾਂ ਵਾਈਫ ਅਤੇ ਉਹਦੇ ਜੋ ਪੇਰੈਂਟਸ ਹੈ ਉਹ ਇਸ ਸੈਕਸ਼ਨ ਨੂੰ ਲੈ ਕੇ ਇਸ ਪ੍ਰੋਵੀਜ਼ਨ ਨੂੰ ਲੈ ਕੇ ਉਹਦਾ ਮਿਸਯੂਜ਼ ਕਰਕੇ ਹਸਬੈਂਡ ਉਹਦੇ ਜਿਹੜੇ ਚਾਹੇ ਵਹੀਆਂ ਦੀਆਂ ਸਿਸਟਰਸ ਵਗੈਰਾ ਹੋਣ ਉਹਦੀਆਂ ਭੈਣਾਂ ਉਹਦੇ ਭਰਾ ਉਹਦੇ ਭਾਬੀਆਂ ਉਹਨਾਂ ਦੇ ਪੇਰੈਂਟਸ ਜਿਹੜੇ ਓਲਡ ਏਜ ਬਣ ਜਾਂਦੇ ਆ ਸਾਰਿਆਂ ਦੇ ਇਸ ਦੇ ਖਿਲਾਫ਼ ਉਹ ਇੱਕ ਪਰਚਾ ਦਾ ਜਿਕਰਾ ਦਿੰਦੇ ਸੀ ਹਾਂਜੀ ਪਰ ਕੋਰਟ ਜਿਹੜੀਆਂ ਕੋਰਟ ਸੀਗੀਆਂ ਉਹ ਉਸ ਟਾਈਮ 'ਤੇ ਇਹਨਾਂ 'ਤੇ ਬੜਾ ਲੀਨੀਅੰਟ ਸੀ ਪੁਲਿਸ ਨੇ ਵੀ ਇਸ ਚੀਜ਼ ਦਾ ਬੜਾ ਮਿਸਯੂਜ਼ ਕੀਤਾ ਅਤੇ ਸਾਰੇ ਜਿਹੜਾ ਪਰਿਵਾਰ ਸੀ ਉਹਨਾਂ ਨੂੰ ਜਾ ਕੇ ਬਿਨਾਂ ਇਨਵੈਸਟੀਗੇਸ਼ਨ ਕੀਤੇ ਵੀ ਕਿਸੇ ਨੇ ਕੋਈ ਜੁਰਮ ਕੀਤਾ ਕਿ ਨਹੀਂ ਕੀਤਾ ਸਾਰਿਆਂ ਨੂੰ ਜਾ ਕੇ ਉਹ ਅਰੈਸਟ ਕਰ ਲੈਣਾ ਸੀ ਜਿਹਦੇ ਕਰਕੇ ਲੜਕੇ ਲੜਕੇ ਦੇ ਪੇਰੈਂਟਸ ਉਹਦੇ ਸਿਸਟਰ ਵਗੈਰਾ ਬਹੁਤ ਜ਼ਿਆਦਾ ਉਹਨਾਂ ਨੂੰ ਹਰਾਸਮੈਂਟ ਸਹਿਣੇ ਪੈਂਦੇ ਸੀ ਅਤੇ ਕਾਫੀ ਇੰਸਟੀਟਿਊਸ਼ਨ ਇਸ ਚੀਜ਼ ਨਾਲ ਖਤਮ ਵੀ ਹੋਏ ਹਾਂਜੀ ਉਸ ਤੋਂ ਬਾਅਦ ਹੁਣ ਲੇਟੈਸਟ ਜੋ ਪੋਜੀਸ਼ਨ ਇਸ ਦੀ ਆਈ 2016 'ਚ ਜੋ NCRB ਹੈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹਾਂਜੀ ਉਹਨਾਂ ਨੇ ਜਦੋਂ ਇਸ ਚੀਜ਼ ਦੇ ਤੱਥ ਇਕੱਠੇ ਕੀਤੇ ਤਾਂ ਉਹਨਾਂ ਨੇ ਪਾਇਆ ਸਾਲ 2016 ਤੱਕ ਦਹੇਜ ਦੇ 44,000 ਕੁਛ ਮੁਕੱਦਮੇ ਦਰਜ ਹੋਏ ਜਿਨ੍ਹਾਂ 'ਚੋਂ 39,000 ਕੁਛ ਮੁਕੱਦਮੇ ਬਰੀ ਹੋਏ ਅਤੇ ਉਹਨਾਂ 'ਚੋਂ ਤਕਰੀਬਨ 8,000 ਜਿਹੜੇ ਮੁਕੱਦਮੇ ਸੀ ਉਹਨਾਂ 'ਚ ਸਮਝੌਤੇ ਹੋ ਚੁੱਕੇ ਬੇਸਿਕਲੀ ਉਹਨਾਂ ਨੇ ਦੇਖਿਆ ਜਿਹੜਾ ਕਨਵੈਸ਼ਨ ਰੇਟ ਹੈ ਸਿਰਫ 5,000 ਹੈ ਹਾਂਜੀ ਇਸ ਕਨਵੈਸ਼ਨ ਰੇਟ ਦੇ ਕੋਲ ਦੇਖਦੇ ਹੋਏ ਉਹਨਾਂ ਨੇ ਜੋ ਕਾਨੂੰਨ ਬਣਿਆ ਸੀ ਉਹਦੇ ਨਿਸ਼ਾਨ ਸਾਧਿਆ ਵੀ ਕੀ ਇਹ ਕਾਨੂੰਨ ਸਹੀ ਹੈ ਜਾਂ ਇਹ ਕਾਨੂੰਨ ਗਲਤ ਹੈ ਤਾਂ ਮਿਸਯੂਜ਼ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਹੋਏ ਸੁਪਰੀਮ ਕੋਰਟ ਨੇ ਰਾਜੇਸ਼ ਕੁਮਾਰ ਵਰਸਸ ਯੂਨੀਅਨ ਆਫ ਇੰਡੀਆ ਇੱਕ ਅਥਾਰਟੀ ਲਈ ਜਿਸ 'ਚ ਉਹਨਾਂ ਨੇ ਕਿਹਾ ਵੀ ਇਸ ਇੰਸਟੀਟਿਊਸ਼ਨ ਵਾਸਤੇ ਇੱਕ ਕਮੇਟੀ ਬਿਠਾਈ ਜਾਵੇ ਹਾਂਜੀ ਉਹ ਕਮੇਟੀ ਸਾਰੇ ਇਹਨਾਂ ਨੂੰ ਲੋਕਾਂ ਟੋਕਾ ਦੇ ਸੀ ਵੀ ਕੀ ਇਹ ਸਾਰਾ ਕੁਛ ਹੋਇਆ ਜਾਂ ਨਹੀਂ ਹੋਇਆ ਕੀ ਲੜਕੀ ਨੇ ਜੇ ਐਡੂਕੇਸ਼ਨ ਲਗਾਏ ਆ ਉਹ ਸਹੀ ਲਾਏ ਕਿ ਨਹੀਂ ਗਲਤ ਲਾਏ ਇਹ ਸਾਰੇ ਸਟੇਟ ਵਾਈਜ਼ ਇਹਨਾਂ ਦੀ ਕਮੇਟੀ ਉਹਨਾਂ ਨੇ ਬਿਠਾਈ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਇਹ ਸਿਸਟਮ 'ਚ ਰਹਿ ਗਿਆ ਸੀ ਰਿਗਾਰਡਿੰਗ ਦੀ ਅਰੈਸਟ ਜਦੋਂ ਵੀ ਪਰਚਾ ਦਰਜ ਹੋ ਜਾਂਦਾ ਸੀ ਪੁਲਿਸ ਵਾਲੇ ਸਿੱਧਾ ਚੱਕ ਕੇ ਪੇਰੈਂਟਸ ਵਗੈਰਾ ਨੂੰ ਹਸਬੈਂਡ ਨੂੰ ਚੱਕ ਕੇ ਅਰੈਸਟ ਕਰਦੇ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਬੰਦ ਕਰ ਦਿੰਦੇ ਅਰੈਸਟ ਕਿਸੇ ਬੰਦੇ ਨੂੰ ਕਰਨਾ ਇਹ ਵੀ ਉਹਦੇ ਇੱਕ ਫੰਡਾਮੈਂਟਲ ਰਾਈਟ ਆਫ ਫਰੀਡਮ ਜਿਹੜਾ ਹੈਗਾ ਉਹ 'ਤੇ ਵੀ ਕਿਤਾਬ ਹੋਇਆ ਇਸ ਚੀਜ਼ ਨੂੰ ਆਨਰੇਬਲ ਸੁਪਰੀਮ ਕੋਰਟ ਨੇ ਦੇਖਦੇ ਹੋਏ ਇੱਕ ਅਰਨੇਸ਼ ਕੁਮਾਰ ਵਰਸਿਸ ਸਟੇਟ ਆਫ ਬਿਹਾਰ ਇੱਕ ਰੂਲਿੰਗ ਜਿਹੜੀ ਬੇਲ 'ਤੇ ਆਈ ਜਿਸ ਨੂੰ ਡਾਇਰੈਕਸ਼ਨ ਦਿੱਤੀ ਵੀ ਤੁਸੀਂ ਇਮੀਡੀਏਟਲੀ ਜਾ ਕੇ ਹਸਬੈਂਡ ਨੂੰ ਅਤੇ ਉਹਦੇ ਜਿਹੜੇ ਪੇਰੈਂਟਸ ਵਗੈਰਾ ਜਾਂ ਕੋਈ ਰਿਸ਼ਤੇਦਾਰ ਹੈ ਉਹਨਾਂ ਨੂੰ ਡਾਇਰੈਕਟਲੀ ਅਰੈਸਟ ਨਹੀਂ ਕਰਨਾ ਤੁਸੀਂ ਇਨਵੈਸਟੀਗੇਟ ਕਰੋ ਸੈਕਸ਼ਨ 41
ਜੋ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਅਮੈਂਡਮੈਂਟ ਪਹਿਲਾਂ ਹੋਈ ਵੀ ਹੈ, ਉਸ ਦਾ ਉਹਨਾਂ ਨੇ ਵੇਰਵਾ ਦੇ ਕੇ ਹੋਏ ਕਿਹਾ ਜਿਹਨਾਂ 'ਚ ਅਫੈਂਸਿਸ 7 ਸਾਲਾਂ ਤੋਂ ਘੱਟ ਸਜ਼ਾ ਹੈ ਉਹਨਾਂ 'ਚ ਤੁਸੀਂ ਇਮੀਡੀਏਟ ਨੂੰ ਅਰੈਸਟ ਨਹੀਂ ਕਰਨਾ, ਤੁਸੀਂ ਨੋਟਿਸ ਦੇਣਾ। ਅਗਰ ਨੋਟਿਸ 'ਤੇ ਐਕਿਊਜ਼ ਪਾਰਟੀ ਨਹੀਂ ਆਉਂਦੀ ਜਾਂ ਉਹ ਤੁਹਾਨੂੰ ਕੋਪਰੇਟ ਨਹੀਂ ਕਰਦੀ, ਫਿਰ ਤੁਸੀਂ ਮਿਨਿਸਟਰ ਕੋਲ ਜਾ ਕੇ ਪਰਮਿਸ਼ਨ ਲੈਣੀ ਵੀ ਇਹ ਕੋਪਰੇਟ ਨਹੀਂ ਕਰ ਰਹੇ ਸਾਨੂੰ ਪਰਮਿਸ਼ਨ ਦਿਓ, ਫਿਰ ਇਹਨਾਂ ਨੂੰ ਅਰੈਸਟ ਕਰਕੇ ਤੁਸੀਂ ਅੰਦਰ ਪਾ ਸਕਦੇ, ਅਦਰਵਾਈਜ਼ ਨਹੀਂ। ਹੁਣ ਜੋ ਲੇਟਰ ਪੋਜੀਸ਼ਨ ਹੈ ਫਿਰ ਕੀ ਹੋਇਆ, ਇਹ ਪੋਜੀਸ਼ਨ ਵੀ ਕਲੀਅਰ ਹੋ ਗਈ, ਅਰੈਸਟ ਵਗੈਰਾ ਜਿਹੜੀਆਂ ਗਰੋਸ ਵਾਇਲੇਸ਼ਨ ਸੀਗੀਆਂ, ਗਰੋਸ ਅਰੈਸਟ ਸੀਗੀਆਂ, ਉਹਨਾਂ 'ਤੇ ਰੋਕਥਾਮ ਲੱਗ ਗਈ। ਪਰ ਜਿਹੜੇ ਜੈਨੂਅਨ ਕੇਸ ਸੀਗੇ ਡੋਰੀ ਵਾਲੇ, ਉਹਨਾਂ ਕਰਕੇ ਹੁਣ ਲੜਕੀਆਂ ਨੂੰ ਫਿਰ ਹਰਾਸਮੈਂਟ ਪਾਉਂਗੀ। ਜਿਹੜੇ ਦਹੇਜ ਦੇ ਲੋਭੀ ਬੰਦੇ ਹੈ, ਉਹਨਾਂ ਦੇ ਹਸਬੈਂਡ ਅਪੀਰੈਂਟਸ ਹੈ, ਉਹਨਾਂ ਨੇ ਹੁਣ ਸੁਪਰੀਮ ਕੋਰਟ ਦੀ ਇਸ ਧਾਰਾ ਨੂੰ ਆਪਦੇ ਕੰਸਿਡਰ ਕਰਦੇ ਹੋਏ, ਇਸ ਰੂਲਿੰਗ ਨੂੰ ਦੇਖਦੇ ਹੋਏ ਹੁਣ ਹਰਾਸਮੈਂਟ ਫਿਰ ਸ਼ੁਰੂ ਕਰਤੀ। ਇਹ ਅਸੀਂ ਤਾਂ ਫਰੀ ਹਾਂ, ਸਾਨੂੰ ਤਾਂ ਫੜਨਾ ਚਾਹੀਦਾ। ਹਾਂਜੀ ਹਾਂਜੀ, ਇਹ ਹੋ ਗਿਆ ਕਿਉਂਕਿ ਨੋਟਿਸ ਹੋ ਗਿਆ, ਫਿਰ ਉਸ ਤੋਂ ਬਾਅਦ ਲੰਬਾ ਪ੍ਰੋਸੀਜਰ ਹੋ ਗਿਆ, ਲੰਬਾ ਪ੍ਰੋਸੀਜਰ, ਅਤੇ ਉਸ 'ਤੇ ਲੜਕੀਆਂ ਨੂੰ ਜੋ ਵੂਮੈਨਸ ਉਹ ਕਾਫੀ ਉਹਨਾਂ ਨੂੰ ਹਰਾਸਮੈਂਟ ਹੁੰਦੀ, ਬਿਲਕੁਲ ਹਰਾਸਮੈਂਟ ਹੋਣਗੀ। ਪਰ ਇਸ ਨੂੰ ਫਿਰ ਆਨਰੇਬਲ ਸੁਪਰੀਮ ਕੋਰਟ ਨੇ ਦੇਖਿਆ। ਹਾਂਜੀ, ਫਿਰ ਉਹਨਾਂ ਨੇ ਕਿਹਾ ਸੀ ਜਿਹੜੀ ਪਾਵਰ ਪਹਿਲਾਂ ਪੁਲਿਸ ਸੁਪਰੀਮ ਕੋਰਟ ਦੀ ਜੋ ਅਥਾਰਟੀ ਆਈ ਸੀ ਜਿਹੜੀ ਅਰੈਸਟ ਤੁਸੀਂ ਨਹੀਂ ਕਰਨਾ ਵਿਦਆਊਟ ਇਨਵੈਸਟੀਗੇਸ਼ਨ, ਉਸ ਪੁਲਿਸ ਵਾਲੇ ਨੇ ਫਿਰ ਉਹਨਾਂ ਨੂੰ ਵੀ ਵਿਦ ਬਲਾਈਂਡ ਆਈਜ਼ ਫੋਲੋ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਕਿਸੇ ਵੀ ਬੰਦੇ ਨੂੰ ਅਰੈਸਟ ਨਹੀਂ ਕੀਤਾ। ਇਹਦਾ ਇਫੈਕਟ ਇਹ ਹੋਇਆ ਵੀ ਜਿਹੜੇ ਜੈਨੂਅਨ ਕੇਸ ਵੀ ਸੀ ਜਿੱਥੇ ਲੜਕੀ ਨੂੰ ਵਾਕਈ ਤੰਗ ਕੀਤਾ ਜਾਂਦਾ ਸੀ, ਹੁਣ ਉਹ ਹਰਾਸ਼ਮੈਂਟ ਹੋਣ ਲੱਗ ਗਈਆਂ। ਇਸ ਨੂੰ ਇਹ ਜਿਹੜੀ ਦਿੱਕਤ ਸੀਗੀ ਇਹ ਸੁਪਰੀਮ ਕੋਰਟ ਦੀ ਨਿਗਾਹ ਫੇਰ ਆਈ, ਅਤੇ ਉਹਨਾਂ ਨੇ ਸੁਪਰੀਮ ਕੋਰਟ ਨੇ ਇੱਕ ਫਿਰ ਲਾਅ ਪਾਸ ਕੀਤਾ ਜਿਹਦੇ ਉਹਨਾਂ ਨੇ ਕੀਤਾ, ਕਿਉਂਕਿ ਅਫੈਂਸ ਕੋਗਨੀਜੇਬਲ ਹੈ, ਜਿਹੜਾ ਚੈਸਟ ਮੇ ਇਹ ਹੈ ਨੋਨ ਬੇਲੇਬਲ ਹੈ। ਇਸ ਕਰਕੇ ਪੁਲਿਸ ਕੋਲ ਜਿਹੜੀ ਪਾਵਰ ਦਿੱਤੀ ਸੀ ਤੁਸੀਂ ਪਹਿਲਾਂ ਬੇਲ ਲੈਣੀ ਹੈ, ਉਹਨਾਂ ਨੇ ਖਤਮ ਕਰਤੀ। ਹੁਣ ਅਗਰ ਬੰਦੇ ਨੇ ਕਿਸੇ ਨੇ ਕੋਈ ਫੈਸ ਕਮਿਟ ਕੀਤਾ ਹੈ, ਇਹ ਪਰਚਾ ਦਰਜ ਹੋਇਆ, ਤਾਂ ਉਹਨੂੰ ਅਗਰ ਐਂਟੀਸਪੀਟਿਵ ਬਿਲ ਕਰਾਉਣੀ ਬਾਹਰ ਦੀ ਬਾਹਰ, ਉਹਨਾਂ ਨੂੰ ਫਿਰ ਕੋਰਟ 'ਚ ਆਉਣਾ ਪੈਂਦਾ ਹੈ, ਸੈਸ਼ਨ ਕੋਰਟ ਕੋਲ ਇਹ ਪਾਵਰ ਹੈ। ਓਕੇ ਸਰ, ਕਈ ਵਾਰੀ ਹੁੰਦਾ ਕਿ ਮੈਰਿਡ ਲੇਡੀ ਹੁੰਦੀ ਆ, ਉਹਨੂੰ ਪੜਤਾਲਿਕ ਤਾਂ ਕੀਤਾ ਜਾਂਦਾ ਪਰ ਨਾਲ ਨਾਲ ਉਹਨੂੰ ਬੇਘਰ ਵੀ ਕਰ ਦਿੱਤਾ ਜਾਂਦਾ, ਉਸ ਬਾਰੇ ਕੋਈ ਲਾਅ ਬਣਿਆ ਹੋਵੇ? ਜੀ, ਇਸ ਬਾਰੇ ਲਾਅ ਬਣਿਆ ਜੀ, ਪ੍ਰੋਟੈਕਸ਼ਨ ਆਫ ਵੂਮਨ ਫਰੋਮ ਡੋਮੈਸਟਿਕ ਵਾਇਲੈਂਸ ਐਕਟ। ਹਾਂਜੀ, ਇਸ ਅਗਰ ਲੇਡੀ ਨੂੰ ਪੜਤਾਲਿਕ ਕੀਤਾ ਜਾਂਦਾ ਉਹਦੇ ਬਾਰੇ ਉਹਨੂੰ ਮੇਨਟੇਨੈਂਸ। ਹਾਂਜੀ, ਫਰਦਰ ਅਗਰ ਉਹਨੂੰ ਬੇਘਰ ਕੀਤਾ ਜਾਂਦਾ, ਉਹਦੇ ਜਿਹੜੇ ਪੇਰੈਂਟਸ ਹੈ, ਕਈ ਵਾਰੀ ਲੇਡੀ ਦੇ ਪੇਰੈਂਟਸ ਬੜੇ ਗਰੀਬ ਹੁੰਦੇ ਆ, ਉਹਨਾਂ ਨੂੰ ਖੁਦ ਰਹਿਣ ਵਾਸਤੇ ਜਗ੍ਹਾ ਨਹੀਂ ਕੋਈ ਹੁੰਦੀ, ਉਹਨਾਂ ਨੇ ਆਪਦੇ ਫਰਜ਼ ਪੂਰੇ ਕਰਤੇ, ਲੜਕੀ ਨੂੰ ਵਿਆਹਤਾ, ਹਸਬੈਂਡ ਦੇ ਘਰ ਭੇਜਤਾ, ਤਾਂ ਆਪਣੇ ਇੰਸਟੀਟਿਊਸ਼ਨ ਦੇ ਹਿਸਾਬ ਨਾਲ, ਸੋਸ਼ਲ ਇੰਸਟੀਟਿਊਸ਼ਨ ਮੈਰਿਜ ਹੈ, ਉਹਦੇ ਹਿਸਾਬ ਨਾਲ ਵੀ ਹਸਬੈਂਡ ਦੀ ਡਿਊਟੀ ਹੈ ਆਪਦੀ ਵਾਈਫ ਨੂੰ ਮੇਨਟੇਨ ਕਰੇ। ਇਸ ਚੀਜ਼ ਨੂੰ ਫੋਲੋ ਕਰਦੇ ਹੋਏ ਜਿਹੜੀ ਇਹ ਲਾਅ ਆਈ ਹੈ, ਇਹਦੇ 'ਚ ਲੜਕੀ ਜਿਹੜੀ ਹੈ ਉਹਨਾਂ ਸ਼ੇਅਰਡ ਹਾਊਸ ਹੋਲਡ ਕੰਸੈਪਟ ਹੈ, ਜਿਹੜੇ ਘਰ ਉਹ ਵਿਆਹ ਤੋਂ ਬਾਅਦ ਆਪਣੇ ਹਸਬੈਂਡ ਨਾਲ ਰਹਿੰਦੀ ਹੈ, ਇਹ ਰਾਈਟ ਦਿੱਤਾ ਗਿਆ ਵੀ ਹੁਣ ਉਸ ਘਰ ਰਹਿ ਸਕਦੀ ਹੈ। ਅਗਰ ਮੰਨ ਕੇ ਚਲੋ ਉਸ ਘਰ 'ਚ 3 ਕਮਰੇ ਹੈ, ਤਾਂ ਕੋਰਟ ਇਹ ਆਰਡਰ ਪਾਸ ਕਰ ਸਕਦਾ ਜਿਹੜਾ 1 ਕਮਰਾ ਹੈ ਉਸ 'ਚੋਂ ਲੇਡੀ ਰਹੂ, ਉਸਦੀ ਇਜਾਜ਼ਤ ਤੋਂ ਬਿਨਾਂ ਉਸਦਾ ਜਿਹੜਾ ਹਸਬੈਂਡ ਹੈ ਜਾਂ ਉਹਦੇ ਘਰ ਵਾਲੇ ਹੈ ਉਹਨੂੰ ਹਰਾਸ ਨਹੀਂ ਕਰ ਸਕਦੇ, ਅਤੇ ਲੜਕੀ ਬੇਘਰ ਹੋਣ ਇਸ ਕਾਨੂੰਨ ਦੇ ਅੰਦਰ ਬਚ ਸਕਦੀ ਹੈ। ਸਰ, ਕਈ ਵਾਰੀ ਕੀ ਹੁੰਦਾ ਕਿ ਜਿਵੇਂ ਮੈਰਿਡ ਕਪਲ ਆ, ਤਲਾਕ ਹੋ ਜਾਂਦਾ ਹੈ, ਉਸ ਤੋਂ ਬਾਅਦ ਹੁੰਦਾ ਕਿ ਮੁੰਡਾ ਹੋਵੇ ਤਾਂ ਮੁੰਡੇ ਵਾਲੇ ਰੱਖਦੇ ਆ, ਅਗਰ ਕੁੜੀ ਹੋਵੇ ਤਾਂ ਪ੍ਰੈਸ਼ਰਾਈਜ਼ ਕਰਦੇ ਕਿ ਕੁੜੀ ਸਾਂਭੇ ਉਹਨੂੰ, ਉਸ ਬਾਰੇ ਕੋਈ ਲਾਅ ਚਾਈਲਡ ਲਾਅ ਜਿਵੇਂ ਆਪਾਂ ਕਹਿ ਦਿੰਦੇ? ਨਹੀਂ ਜੀ, ਬੇਸਿਕਲੀ ਇਸ ਬਾਰੇ ਨਹੀਂ, ਇਹ ਤਾਂ ਚੀਜ਼ ਕੋਰਟ ਨੇ ਅਗਰ ਦੇਖਣਾ ਤਾਂ ਗਾਰਡੀਅਨ ਅਵਾਰਡਸ ਐਕਟ ਹੈ, ਉਹਦੇ ਵਾਸਤੇ ਬੱਚੇ ਦੀ ਪੈਰਾਮਾਊਂਟ ਕੰਸੀਡਰੇਸ਼ਨ ਉਹ ਦੇਖਦੇ ਆ ਵੀ ਇਹ ਖੁਸ਼ ਕਿੱਥੇ ਰਹੂਗਾ, ਇਹਦੀ ਜਿਹੜੀ ਮੇਨਟੇਨੈਂਸ ਹੈ, ਇਹਦੀ ਜਿਹੜੀ ਨਰਿਸ਼ਮੈਂਟ ਹੈ ਕਿਹਦੇ ਹੱਥ 'ਚ ਵਧੀਆ ਹੋ ਸਕਦੀ ਹੈ। ਇਹ ਜਿਹੜੀ ਆਪਾਂ ਗੱਲ ਕਰਦੇ ਹਾਂ ਮੁੰਡਾ ਮੁੰਡੇ ਰੱਖਣਗੇ, ਕੁੜੀ ਕੁੜੀਆਂ ਰੱਖਣਗੇ, ਇਸ ਬਾਰੇ ਲਾਅ ਹੋਊਗੀ, ਇਹ ਤਾਂ ਪਾਰਟੀ ਦੀ ਆਪਦੀ ਮਿਊਚੁਅਲ ਸੈਟਲਮੈਂਟ ਹੈ। ਅਗਰ ਲੜਕੀ ਦੇ ਘਰ ਵਾਲੇ ਇਸ ਚੀਜ਼ 'ਤੇ ਕਹਿੰਦੇ ਵੀ ਇਸੇ ਲੜਕਾ ਲੜਕੀ ਜਿਹੜੇ ਬੱਚੇ ਆ ਦੋਨਾਂ ਨੂੰ ਰੱਖਣਾ, ਤਾਂ ਉਹ ਰੱਖ ਸਕਦੇ ਆ। ਅਗਰ ਲੜਕੇ ਵਾਲੇ ਕਹਿਣ ਉਹਨਾਂ ਰੱਖਣਾ, ਤਾਂ ਉਹ ਰੱਖ ਸਕਦੇ, ਇਹ ਸਿਰਫ ਮਿਊਚੁਅਲ ਅੰਡਰਸਟੈਂਡਿੰਗ। ਜਿੱਥੋਂ ਤੱਕ ਲਾਅ ਦੇ ਕੰਸਰਨ ਦੀ ਗੱਲ ਹੈ, ਅਗਰ ਕੋਈ ਬੱਚੇ ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ, ਅਗਰ ਉਹਨਾਂ ਦੀ ਏਜ 5-7 ਤੋਂ ਘੱਟ ਹੈ, ਤਾਂ ਉਹਦੀ ਫਸਟ ਜਿਹੜੀ ਗਾਰਡੀਅਨ ਹੈ ਉਹ ਮਦਰ ਹੈ, ਉਹ ਮਦਰ ਕੋਲ ਰਹਿਣਗੇ। ਅਗਰ ਉਸ ਤੋਂ ਉੱਪਰ ਏਜ ਹੋ ਜਾਂਦੀ ਹੈ, ਤਾਂ ਫਿਰ ਉਹਦਾ ਬੇਸਿਕਲੀ ਤਾਂ ਫਾਦਰ ਕੋਲ ਕਸਟਡੀ 'ਚ ਜਾਂਦੀ ਹੈ। ਪਰ ਉਹਨਾਂ ਸਰਕਮਸਟੈਂਸਿਸ ਵੀ ਕੋਰਟ ਨੇ ਦੇਖਣਾ ਹੈ ਕਿ ਜਿਹੜਾ ਹਸਬੈਂਡ ਹੈ ਉਹ ਜਿਹੜੇ ਬੱਚਿਆਂ ਨੂੰ ਜ਼ਿਆਦਾ ਅੱਛੀ ਤਰ੍ਹਾਂ ਪਾਲ ਪੋਸ ਸਕਦਾ, ਉਹਨਾਂ ਦੀ ਪੜ੍ਹਾਈ ਅੱਛੀ ਕਰਾ ਸਕਦਾ ਕਿ ਨਹੀਂ ਕਰਾ ਸਕਦਾ। ਅਗਰ ਉਹਨਾਂ ਲੱਗੇ ਵੀ ਨਹੀਂ ਮਦਰ ਕਰਾ ਸਕਦੀ ਹੈ, ਤਾਂ ਉਹਨਾਂ ਦੀ ਫਿਰ ਕਸਟਡੀ ਮਦਰ ਕੋਲ ਰਹਿੰਦੀ ਹੈ। ਇਹ ਕੋਈ ਕੰਸੈਪਟ ਨਹੀਂ ਹੈ, ਆਮ ਧਾਰਨਾ ਹੈ ਬੰਦਿਆਂ ਦੇ ਵਿੱਚ, ਜੇ ਲੇਡੀ ਹੈ ਤਾਂ ਉਹਨੂੰ ਪ੍ਰੈਸ਼ਰ ਦਿੱਤਾ, ਪ੍ਰੈਸ਼ਰ ਕਰਨ ਵਾਲਾ ਇੱਕ ਅਲੱਗ ਚੀਜ਼ ਹੈ ਜਿਹੜੀ ਸੁਸਾਇਟੀ ਪ੍ਰਵੇਸ਼ ਕਰਦੀ। ਸਰ, ਜਿਵੇਂ ਆਪਾਂ ਹੁਣ ਗੱਲ ਕਰੀਏ ਕਿ ਹਰਿਆਣਾ ਦੇ ਵਿੱਚ ਜਾਂ ਹੋਰ ਸਟੇਟਸ ਦੇ ਵਿੱਚ ਵੀ ਰੇਪ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਆ, ਉਹਨਾਂ ਨੂੰ ਉਹਨਾਂ ਵਾਸਤੇ ਕੀ ਕਾਨੂੰਨ ਨਵੇਂ ਜੋ ਲਾਗੂ ਕੀਤੇ ਗਏ ਨੇ, ਅਤੇ ਉਹਨਾਂ ਨੂੰ ਕਿੱਦਾਂ ਘੱਟ ਕੀਤਾ ਜਾ ਸਕਦਾ? ਦੇਖੋ ਜੀ, ਰੇਪ ਵਾਸਤੇ ਅਗਰ ਕਾਨੂੰਨ ਦੀ ਗੱਲ ਕਰੀਏ, ਤਾਂ ਇੱਕ ਕਾਨੂੰਨ ਤਾਂ ਬੜਾ ਪਹਿਲਾਂ ਇੰਟਰੋਡਿਊਸ ਹੋ ਚੁੱਕਿਆ। ਹਾਂਜੀ, ਗੱਲ ਹੈ ਸਿਰਫ ਇੰਪਲੀਮੈਂਟੇਸ਼ਨ ਦੀ। ਹਾਂਜੀ, ਸਜ਼ਾ ਬਹੁਤ ਸਟ੍ਰਿੰਜੈਂਟ ਦਿੱਤੀਆਂ ਹੋਈਆਂ, 10 ਸਾਲਾਂ ਤੱਕ ਸਜ਼ਾ ਹੈ, ਮਿਨੀਮਮ 7 ਸਾਲਾਂ ਤੱਕ ਸਜ਼ਾ ਹੈ। ਪਰ ਫਿਰ ਵੀ ਇਹ ਸਜ਼ਾ ਇੰਨੀ ਹੋਣ ਦੇ ਬਾਵਜੂਦ ਵੀ ਇਹ ਰੇਪ ਦੀ ਘਟਨਾਵਾਂ ਕਿਉਂ
ਇਹ ਤਾਂ ਬੇਸਿਕਲੀ ਆਪਣਾ ਜਿਹੜਾ ਕਰੈਕਟਰ ਹੈ ਆਪਣੇ ਲੋਕਾਂ ਦਾ, ਉਸਨੂੰ ਸੇਧ ਦੇਣ ਦੀ ਲੋੜ ਹੈ। ਅਗਰ ਬੰਦਿਆਂ ਦਾ ਆਚਰਣ, ਉਹਨਾਂ ਦਾ ਜੀਵਨ ਉੱਚਾ ਹੋਊ, ਉਹਨਾਂ ਦੀ ਸੋਚ ਇਸ ਪਾਸੇ ਨਾ ਜਾਵੇ, ਤਾਂ ਹੀ ਘਟਨਾ ਘਟ ਸਕਦੀ ਹੈ। ਇੱਕ ਜੋ ਆਪਣੇ NCRB ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈ, ਉਸ ਦੇ ਹਿਸਾਬ ਨਾਲ ਰੇਪ ਦੇ ਜਿਹੜੇ ਕੇਸਿਸ ਸੀਗੇ ਉਹ ਤਕਰੀਬਨ 24,923 ਕੇਸ ਹੋਏ। ਅਤੇ ਜਿਹੜੀ ਉਹ 'ਚ ਇੱਕ ਬੜੇ ਹੈਰਾਨੀਜਨਕ ਤੱਥ ਆਏ, ਉਹਨਾਂ 'ਚੋਂ ਜਿਹੜੇ 90-95% ਜਿਹੜੇ ਕੇਸਿਸ ਸੀ ਉਹਨਾਂ 'ਚ ਜੋ ਰੇਪ ਕਰਨ ਵਾਲਾ ਬੰਦਾ ਸੀ ਉਹ ਲੜਕੀ ਦਾ ਨੋਨ ਬੰਦਾ ਹੁੰਦਾ ਸੀ। ਬਾਹਰਲੇ ਬੰਦੇ ਨਹੀਂ, ਜਿਹੜੇ ਘਰੇ ਬੰਦੇ ਹੈ, ਉਹਨਾਂ 'ਚ ਚਾਹੇ ਰਿਸ਼ਤੇਦਾਰ ਹੈ, ਚਾਹੇ ਉਹਨਾਂ ਦੇ ਗੁਆਂਢੀ ਹੈ, ਚਾਹੇ ਉਹਨਾਂ ਦੇ ਪਿਤਾ ਹੈ, ਚਾਹੇ ਉਹਨਾਂ ਦੇ ਭਰਾ ਹੈ, ਚਾਹੇ ਉਹਨਾਂ ਦੇ ਕਜ਼ਨ ਹੈ। ਇਹ ਵੱਧ ਤੋਂ ਵੱਧ ਜਿਹੜੇ 795% ਜਿਵੇਂ ਤੁਹਾਨੂੰ ਆਪਣੇ ਦਿੱਤੇ ਹੈ NCR ਦੀ ਰਿਪੋਰਟ ਦੇ ਸਾਨੂੰ, ਇਹ ਬੰਦੇ ਉਹ ਬੰਦੇ ਹੈ ਜਿਹੜੇ ਉਹਨਾਂ ਦੇ ਕਰਦੇ ਹੈ। ਘਰ ਦੇ ਬਾਹਰ ਨੇ ਬੰਦਾ ਅਗਰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹਨਾਂ ਨੂੰ ਤਾਂ ਘਰ ਦੇ ਸੰਭਾਲ ਲੈਂਦੇ ਹੈ, ਪਰ ਜੋ ਘਰ ਦੇ ਬੰਦੇ ਕਰਨ ਲੱਗ ਜਾਣ ਉਹਨੂੰ ਸੰਭਾਲਣ ਵਾਸਤੇ ਕਾਨੂੰਨ ਤਾਂ ਆਲਰੇਡੀ ਹੈ, ਉਹਦੀ ਇੰਪਲੀਮੈਂਟੇਸ਼ਨ ਦੀ ਲੋੜ ਹੈ, ਆਪਣੇ ਸਮਾਜ 'ਚ ਜਿਹੜੀ ਪੁਲਿਸ ਹੈ ਉਹਦੀ ਲੋੜ ਹੈ। ਕਾਫੀ ਕੇਸਿਸ ਰੇਪ ਦੇ ਇਹੋ ਜਿਹੇ ਆ ਜਿਹਨਾਂ ਤਾਂ ਆਣ ਪੁੱਟੜੇ ਜਾ ਪੈਂਦੇ ਆ। ਲੜਕੀਆਂ ਸੀ ਜਿਹੜੀਆਂ ਦਰਦੀ ਮਰੀਆਂ ਨੂੰ ਰਿਪੋਰਟ ਹੀ ਨਹੀਂ ਕਰਦੀਆਂ ਸੀ, ਹੁਣ ਉਹ ਰਿਪੋਰਟ ਹੋਣ ਲੱਗ ਗਏ। ਕਾਫੀ ਨੂੰ ਤਾਂ ਆਪਾਂ ਕਹਿੰਦੇ ਵੀ ਕੇਸ ਦੇ ਰੇਪ ਦੇ ਕੇਸ ਵੱਧ ਕਿਉਂ ਗਏ, ਇਹ ਵਧੇ, ਇਹ ਨਹੀਂ ਰੇਪ ਜ਼ਿਆਦਾ ਹੋਣ ਲੱਗ ਗਈ, ਇਹ ਜ਼ਿਆਦਾ ਇਹ ਵੀ ਹੁਣ ਲੜਕੀਆਂ ਨੂੰ ਜਾਗਰੂਕ ਤਾਂ ਜ਼ਿਆਦਾ ਜਾਗਰੂਕਤਾ ਕਰਕੇ ਜਿਹੜੇ ਪਹਿਲਾਂ ਕੇਸ ਉਹਨਾਂ ਨਾਲ ਰਿਪੋਰਟ ਨਹੀਂ ਦਿੱਤੀ ਜਾਂਦੀ ਸੀ, ਕੁਛ ਘਰ ਇਹੋ ਜਿਹੇ ਹੁੰਦੇ ਸੀ ਜਿਹੜੇ ਆਪਦੀ ਫੈਮਿਲੀ ਨੂੰ ਦੇਖਦੇ ਹੋਏ, ਰੈਪੂਟੇਸ਼ਨ ਨੂੰ ਦੇਖਦੇ ਹੋਏ ਰਿਪੋਰਟ ਨਹੀਂ ਕਰਦੇ ਸੀ, ਉਹਨਾਂ ਨੂੰ ਲੱਗਿਆ ਕਿ ਅਸੀਂ ਆਪਦੇ ਹੱਕ ਵਾਸਤੇ ਲੜੀਏ। ਆਪਾਂ ਰਿਪੋਰਟ ਕਰਕੇ ਉਹਨਾਂ ਬੰਦੇ ਨੂੰ ਜਿਹੜੇ ਗਲਤ ਤੱਤਵ ਹੈ ਆਪਣੀ ਸੁਸਾਇਟੀ ਵਿੱਚ ਉਹਨਾਂ ਨੂੰ ਖਤਮ ਕਰਕੇ ਉਹਨਾਂ ਦੀ ਸਜ਼ਾ ਦਵਾਈ ਜਾਵੇ, ਤਾਂ ਕਰਕੇ ਰੇਪ ਦੇ ਜਿਹੜੇ ਕੇਸਿਸ ਹੈ ਇਹਨਾਂ ਦਾ ਜਿਹੜਾ ਸਿਸਟਮ ਹੈ ਇਹ ਥੋੜ੍ਹਾ ਜਿਹਾ ਜ਼ਿਆਦਾ ਅੱਜ ਕੱਲ੍ਹ ਰਜਿਸਟਰ ਹੋਣ ਲੱਗ ਗਿਆ। ਮਨਮਿੰਦਰ ਜੀ, ਤੁਸੀਂ ਬਹੁਤ ਹੀ ਵਧੀਆ ਲੋਸ ਬਾਰੇ ਦੱਸਿਆ ਸਾਡੇ ਜੋ ਚੰਡੀਗੜ੍ਹ ਟੀਵੀ ਦੇਖਣ ਵਾਲੇ ਦਰਸ਼ਕ ਨੇ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਸੀਂ ਸਾਡੇ ਚੰਡੀਗੜ੍ਹ ਟੀਵੀ 'ਤੇ ਆਏ, ਸਾਡੇ ਲਈ ਟਾਈਮ ਕੱਢੇ। ਥੈਂਕ ਯੂ ਜੀ, ਮੈਂ ਵੀ ਆਸ਼ੀਸ਼, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਟਾਈਮ ਕੱਢ ਕੇ ਮੇਰੇ ਕੋਲ ਆਏ, ਅਤੇ ਆਪਾਂ ਅੱਗੇ ਤੋਂ ਵੀ ਮੈਂ ਤੁਹਾਡੇ ਕੋਲ ਬੇਨਤੀ ਕਰੂੰ ਵੀ ਇਹੋ ਜਿਹੀ ਲਾਅ ਦੀ ਜਿਹੜੀ ਅਵੇਅਰਨੈਸ ਹੈ ਇਹਦੇ ਬਾਰੇ ਤੁਸੀਂ ਇੰਟਰਵਿਊਜ਼ ਕਰਨ ਲੈਂਦੇ ਰਹੋ, ਤਾਂ ਕਿ ਲੋਕ ਜਾਗਰੂਕ ਹੁੰਦੇ ਰਹਿਣ, ਉਹਨੂੰ ਆਪਦੇ ਹੱਕ ਬਾਰੇ ਪਤਾ ਲੱਗਦਾ। ਮਨਮਿੰਦਰ ਜੀ, ਜਿਨ੍ਹਾਂ ਨਾਲ ਆਪਾਂ ਕੀਤੀ ਗੱਲਬਾਤ ਅਤੇ ਜਾਣੀਆਂ ਬਹੁਤ ਸਾਰੀਆਂ ਨਵੀਆਂ ਨਵੀਆਂ ਗੱਲਾਂ ਵੂਮੈਨਸ ਰੂਲਸ ਨੂੰ ਲੈ ਕੇ, ਵੂਮੈਨਸ ਲੋਅ ਨੂੰ ਲੈ ਕੇ, ਕਿ ਜੋ ਜੋ ਰੂਲਸ ਦੇ ਵਿੱਚ ਲੋਅ ਦੇ ਵਿੱਚ ਇੰਪਲੀਮੈਂਸ਼ਨ ਹੋਏ ਆ, ਕਿ ਕਈ ਵਾਰੀ ਕੀ ਹੁੰਦਾ ਕਿ ਕੁਛ ਲੇਡੀਜ਼ ਵੂਮੈਨਸ ਹੁੰਦੀਆਂ ਨੇ, ਬੱਚੀਆਂ ਹੁੰਦੀਆਂ, ਜਿਨ੍ਹਾਂ ਨਾਲ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ, ਪਰ ਉਹ ਇਹਨਾਂ ਰੂਲਸ ਬਾਰੇ ਜਾਗਰੂਕ ਨਹੀਂ ਹੁੰਦੀਆਂ, ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਇਹਨਾਂ ਨੇ ਰੂਲਸ ਬਾਰੇ ਦੱਸਿਆ, ਲੋਸ ਬਾਰੇ ਦੱਸਿਆ, ਅਤੇ ਸਾਡੀ ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਸਾਡੇ ਚੰਡੀਗੜ੍ਹ TV ਨਾਲ। ਧੰਨਵਾਦ।